ਫੋਨ ਚਲਾਉਣ ਡੇ ਸੀ ਵਿਹੜੇ ਬਹਿ ਕੇ, ਗੁੜੀਆ ਮੰਜੇ 'ਤੇ ਬਹਿ ਕੇ, ਅਤੇ ਉਹ ਹੱਥ 'ਚ ਹੀ ਪਾੜ ਗਿਆ ਅਤੇ ਅੱਗ ਲੱਗ ਗਈ ਅਤੇ ਨਾਲ ਹੀ ਮੰਜਾ ਸੜ ਗਿਆ, ਨਾਲ ਹੀ ਕੱਪੜੇ ਸੜ ਗਏ, ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ। ਇਹ 10:30 ਦੀ ਗੱਲ ਹੈ ਸਵੇਰ ਦੀ, ਹਾਂਜੀ ਅੱਜ ਦੀ। 3 ਸਾਲ ਦੀ। ਰੈਗੂਲਰ ਬੱਚਾ ਪਹਿਲਾਂ ਵੀ ਫੋਨ ਚਲਾਉਂਦਾ ਸੀ ਜਾਂ? ਨਹੀਂ, ਅੱਗੇ ਵੀ ਚਲਾਉਂਦੀ ਸੀ ਪਰ ਉੱਦਾਂ ਖੇਡਣ ਡੇ ਦੀ ਅਤੇ ਇਹਨਾਂ ਨੇ ਖੇਡਣ ਦੇ ਤੋਂ ਫੜਾ ਦਿੱਤਾ, ਪਰ ਚੱਲ ਹੁਣ ਵੀ ਖੇਡੇ ਲੱਗ ਜੇ। ਜਿਸ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ, ਹਰ ਬੱਚਾ ਚਲਾਉਂਦਾ ਆ, ਅਤੇ ਇਸ ਤਰ੍ਹਾਂ ਇਹਨੂੰ ਵੀ ਫੜਾ ਦਿੱਤਾ, ਪਰ ਕਿਹੜਾ ਅੱਜ ਨਵਾਂ ਫੜਿਆ ਸੀ, ਅੱਗੇ ਵੀ ਫੜਦੀ ਸੀ। ਅਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ, ਧੂੰਆਂ ਨਿਕਲ ਗਿਆ ਅਤੇ ਬੈਟਰੀ ਜਿਹੜੀ ਉਹ ਨਹੀਂ ਨਹੀਂ ਚੁੱਕ ਕੇ ਲਿਆਂਦਾ, ਫਿਰ ਵੀ ਲਾ ਲਏ ਉਹਨਾਂ ਘਰੇ ਕੱਪੜੇ ਕੁੱਪੜੇ ਲਾ ਤੇ, ਅਤੇ ਇੱਥੇ ਲਿਆਂਦਾ ਅਤੇ ਐਮਰਜੈਂਸੀ ਦਾਖਲ ਕਰਾ ਤਾ। ਕੀ ਕਹਿਣਾ ਡਾਕਟਰ? ਡਾਕਟਰ ਹੁਣ ਇਲਾਜ ਕਰਨ ਡੇ। ਇਲਾਜ ਸੁਨੀਲ ਜੀ, ਕਿੱਥੋਂ ਦਾ ਬੱਚਾ ਜੀ? ਬੱਚਾ ਹਰਦੋਬਤ ਵਾਲੇ ਦਾ ਜੀ। ਕਿੰਨੀ ਉਮਰ? ਇਹਦੀ ਉਮਰ 3 ਸਾਲ ਹੈ ਜੀ। ਕੀ ਘਟਨਾ ਹੋਈ? ਘਟਨਾ ਜੀ, ਮੋਬਾਈਲ ਫੋਨ ਚਲਾਉਂਦੀ ਵੀ ਸੀ ਅਤੇ ਉਹ ਬਲਾਸਟ ਹੋ ਗਿਆ। ਇਹ ਸਵੇਰ ਦੀ ਗੱਲ, 10:30 ਦੀ। ਫੋਨ ਵੀਵੋ ਦਾ ਫੋਨ, ਹਾਂਜੀ। ਫਿਰ ਕਿਵੇਂ ਇਹਨੂੰ ਹਸਪਤਾਲ ਕਿਵੇਂ ਲਿਆਂਦਾ? ਹਸਪਤਾਲ ਫਿਰ ਜਲਦਬਾਜ਼ੀ ਦੇ ਵਿੱਚ ਮੋਟਰਸਾਈਕਲ 'ਤੇ ਲੈ ਕੇ ਆਏ, ਹਾਂਜੀ। ਕੀ ਕੰਡੀਸ਼ਨ ਹੈ ਬੱਚੇ ਦੀ? ਬਹੁਤ ਜ਼ਿਆਦਾ ਹਾਲਾਤ ਬੱਚੇ ਦਾ, ਬਹੁਤ ਮੁਸ਼ਕਲ, ਬਹੁਤ ਮੁਸ਼ਕਲ ਲਿਆਂਦਾ ਬੱਚੇ। ਡਾਕਟਰ ਇਲਾਜ ਕਰਦੇ ਪਏ, ਹਾਂਜੀ। ਇਹਨਾਂ ਨੂੰ ਸਵੇਰੇ 11:30 ਤੱਕ। ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ। ਹਾਂਜੀ ਹਾਂਜੀ, ਪਹਿਲਾਂ ਵੀ ਚਲਾਉਂਦੇ ਰਹੇ, ਹਾਂਜੀ। ਅਮੀ ਕੁਮਾਰ ਜੀ, ਹਾਂਜੀ। ਉਹ ਕੋਈ ਗੱਲ ਭਾਅ ਜੀ, ਬੱਚੇ ਫੋਨ ਚਲਾਉਂਦੇ ਪਏ ਬਾਹਰ ਵਿਹੜੇ ਵਿੱਚ ਬੈਠ ਕੇ, ਅਤੇ ਪਤਾ ਨਹੀਂ ਲੱਗਿਆ ਕਿੱਦਾਂ ਫੋਨ ਬਲਾਸਟ ਹੋ ਗਿਆ। ਵੀਵੋ ਕੰਪਨੀ ਦਾ ਫੋਨ ਹੀ ਭਾਅ ਜੀ। ਨੁਕਸਾਨ ਜੀ ਆ, ਬੱਚੇ ਦਾ ਲੱਤਾਂ ਸੜ ਗਈਆਂ, ਹਾਂਜੀ ਲੱਤਾਂ ਸੜ ਗਈਆਂ ਜੀ। ਗੁੜੀਆ 3 ਸਾਲ ਦੀ ਹੈ ਜੀ, ਦਿਵਿਆ ਨਾਂ ਇਹਦਾ, ਹਰਦੋਬਤ ਵਾਲੇ ਭਾਅ ਜੀ। ਇਹ ਘਟਨਾ ਜੀ 12:30 ਦੀ। ਹਾਂਜੀ, ਬੱਚੀ ਠੀਕ ਹੈ, ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਹੈ, ਟ੍ਰੀਟਮੈਂਟ ਕਰਨਗੇ, ਸਹੀ ਹੋ ਜਾਏਗਾ। ਆਸ਼ਾ ਜੀ, ਇਹ ਨਾ ਬੇਟੀ ਲੈ ਕੇ ਨਾ ਬਾਹਰ ਬੈਠੀ ਸੀ, ਫੋਨ ਦੇਖਣ ਡੇ ਸੀ, ਤੇ ਉਹ ਨਾ ਫੋਨ ਪਾੜ ਗਿਆ, ਅੱਗ ਲੱਗ ਗਈ, ਉਹ ਨਾ ਮੰਜਾ ਵੀ ਸੜ ਗਿਆ, ਧੂੰਆਂ ਹੀ ਧੂੰਆਂ ਘਰ ਵਿੱਚ ਹੋ ਗਿਆ, ਬਿਸਤਰੇ ਵੀ ਸੜ ਗਏ ਨਾਲ, ਤੇ ਗੁੜੀਆ ਦੇ ਮਤਲਬ ਪਿਆ ਪੱਟਾਂ ਦੇ ਗੋਡਿਆਂ ਤੋਂ ਤਾਂ ਤਾਂ ਸਾਰੀ ਪੀ ਸੜ ਗਈ ਹੈ। ਨਹੀਂ ਜੀ, ਏਦਾਂ ਹੀ ਧੁੱਪ ਚ ਬੈਠੀ ਸੀ ਲੈ ਕੇ। ਹਾਂਜੀ, ਸਾਡੇ ਕੋਲ 1-2 ਸਾਲ ਦੀ ਬੇਟੀ ਗੁੜੀਆ ਆਈ ਹੈ, ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਛ ਵੀਡੀਓਜ਼ ਵਗੈਰਾ ਦੇਖ ਰਹੀ ਸੀ, ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ, ਉਹਦੇ ਮੋਬਾਈਲ ਦੀ ਬੈਟਰੀ ਫਟ ਗਈ, ਉਹਦੇ ਨਾਲ ਉਹਦਾ ਨੀਚੇ ਲੋਅਰ ਅਬਡੋਮਨ ਐਂਡ ਪੈਰੀਨੀਅਲ ਰੀਜਨ ਜਿਹੜਾ ਵਾ, ਜਿਹਨੂੰ ਆਪਾਂ ਥਾਈਜ਼ ਕਹਿ ਦਿੰਦੇ ਹਾਂ ਨੀਚੇ, ਉਹ ਸਾਰਾ ਬਰਨ ਹੋ ਗਿਆ। ਫਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ, ਆਪਾਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ। ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ 'ਚ ਹੈਗਾ, ਬਟ ਅਜੇ ਵੀ ਆਪਾਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ, ਵਿਦਇਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵਿਦ ਇਨਵੈਸਟੀਗੇਸ਼ਨਸ ਦੇ ਨਾਲ। ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ 'ਚ ਹੈਗੀ। ਹਾਂਜੀ ਹਾਂਜੀ, ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ, ਉਹ ਮੋਬਾਈਲ ਫਟ ਗਿਆ ਅਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ, ਅਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ, ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ।
ਹੁਣ ਪੇਸ਼ੈਂਟ ਸਟੇਬਲ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।